ਪੱਤਰਕਾਰੀ ਦੀ ਆੜ ਵਿੱਚ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਪਾਉਣ ਵਾਲੇ ਜਾਲੀ ਪੱਤਰਕਾਰ ਅਤੇ ਉਸ ਦੇ ਦੋ ਸਾਥੀਆਂ ਨੂੰ ਐਸਟੀਐਫ ਯੂਨਿਟ ਲੁਧਿਆਣਾ ਦੀ ਟੀਮ ਨੇ 3 ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਲਖਬੀਰ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਪੱਕੀ ਸੂਚਨਾ ਮਿਲਣ ਤੇ ਹੀ ਪਿੰਡ ਚਾਟੇ ਦੇ ਟੀ ਪੁਆਇੰਟ ਤੇ ਏਐਸਆਈ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮਜ਼ਬੂਤ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਦੇ ਦੌਰਾਨ ਦੋ ਗੱਡੀਆਂ, ਜਿਨ੍ਹਾਂ ਵਿੱਚ ਇੱਕ ਸਕਾਰਪੀਓ ਤੇ ਦੂਜੀ ਸਵਿਫਟ ਕਾਰ ਸੀ, ਉਸ ਨੂੰ ਰੋਕ ਕੇ ਅਫਸਰਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਗਈ। ਤਾਂ ਉਕਤ ਕਾਰਾਂ ਵਿੱਚੋਂ ਕਰੀਬ 10 ਬੋਰੀਆਂ ਵਿੱਚ ਪਾਈ ਹੋਈ 3 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀਆਂ ਵਿੱਚੋਂ ਇੱਕ ਵਿਅਕਤੀ ਆਪਣੇ ਆਪ ਨੂੰ ਇੱਕ ਚੈਨਲ ਦਾ ਪੱਤਰਕਾਰ ਦੱਸ ਰਿਹਾ ਸੀ। ਜਦੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਉਕਤ ਆਰੋਪੀ ਨੇ ਦੱਸਿਆ ਕਿ ਉਹ ਟੀਵੀ ਚੈਨਲ ਖੁਦ ਆਪਣੇ ਵੱਲੋਂ ਹੀ ਤਿਆਰ ਕੀਤਾ ਗਿਆ ਸੀ ਅਤੇ ਸ਼ਨਾਖਤੀ ਕਾਰਡ ਵੀ ਆਪ ਬਣਾਏ ਗਏ ਸਨ ਤਾਂ ਜੋ ਪੁਲਿਸ ਨੂੰ ਚਕਮਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਤਿੰਨੇ ਆਰੋਪੀ ਨਸ਼ਾ ਤਸਕਰੀ ਦਾ ਧੰਦਾ ਰਲ ਕੇ ਕਰਦੇ ਸਨ। ਇਹ ਤਿੰਨੋਂ ਰਲ ਕੇ ਪੈਸੇ ਪਾ ਕੇ ਭੁੱਕੀ ਮੰਗਵਾਉਂਦੇ ਸਨ ਅਤੇ ਵੇਚਣ ਤੋਂ ਬਾਅਦ ਮੁਨਾਫਾ ਵੀ ਆਪਸ ਵਿੱਚ ਵੰਡ ਲੈਂਦੇ ਸਨ। ਐਸਟੀਐਫ ਇੰਚਾਰਜ ਨੇ ਕਿਹਾ ਕਿ ਤਿੰਨਾਂ ਆਰੋਪੀਆਂ ਖਿਲਾਫ ਐਨਡੀਪੀਸੀ ਐਕਟ ਦੇ ਅਧੀਨ ਸਰਾਭਾ ਨਗਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੂੰ ਕੱਲ੍ਹ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਮੁਖਬਰੀ ਦੇ ਆਧਾਰ 'ਤੇ 3 ਆਰੋਪੀਆਂ ਲਖਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਜੋ ਜਗਰਾਉਂ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਕਾਬੂ ਕੀਤਾ। ਜਦੋਂ ਇਹਨਾਂ ਦੀ ਇਹ ਦੋਵੇਂ ਕਾਰਾਂ ਜਿਨ੍ਹਾਂ ਦੇ ਉੱਪਰ ਟੀਵੀ ਪ੍ਰੈਸ ਦੇਖਿਆ ਪਿਆ ਸੀਗਾ ਉਹਨਾਂ ਦੀ ਤਲਾਸ਼ੀ ਕੀਤੀ ਤਾਂ ਸਾਨੂੰ 10 ਬੋਰੀਆਂ ਭੁੱਕੀ ਚੂਰਾ ਪੋਸਤ ਉਹਦੇ ਵਿੱਚੋਂ ਬਰਾਮਦ ਹੋਈ, ਜਿਨ੍ਹਾਂ ਦਾ ਜਦੋਂ ਵਜ਼ਨ ਕੀਤਾ ਉਹ 10 ਆਪਣੇ 10 ਬੋਰੀਆਂ ਦਾ 3 ਕੁਇੰਟਲ ਵਜ਼ਨ ਹੋਇਆ। ਇਹਨਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 207 ਥਾਣਾ ਸਰਾਭਾ ਨਗਰ ਦੇ ਵਿੱਚ ਐਨਡੀਪੀਐਸ ਐਕਟ ਦਾ ਦਰਜ ਕਰਵਾਇਆ, ਉਹਦੇ ਵਿੱਚ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਜਦੋਂ ਅਸੀਂ ਇਹਨਾਂ ਦੀ ਇੱਕ ਕਾਰ ਦੀ ਬਰੀਕੀ ਨਾਲ ਹੋਰ ਸਰਚ ਕੀਤੀ ਤਾਂ ਇਹਦੇ ਪਾਸੋਂ ਇੱਕ ਆਪਦੇ ਆਪ ਤਿਆਰ ਕੀਤਾ ਪ੍ਰੈਸ ਰਿਪੋਰਟਰ ਦਾ ਕਾਰਡ ਬਰਾਮਦ ਹੋਇਆ। ਜਦੋਂ ਇਹਨੂੰ ਉਹਦੇ ਬਾਰੇ ਪੁੱਛਿਆ ਤਾਂ ਇਹਨੇ ਦੱਸਿਆ ਵੀ ਅਸੀਂ ਅੱਗੇ ਨਾਕਿਆਂ ਤੋਂ ਬਚਣ ਦੇ ਲਈ ਪ੍ਰੈਸ ਲਿਖਾਇਆ ਹੋਇਆ ਅਤੇ ਪ੍ਰੈਸ ਦਾ ਆਪ ਕਾਰਡ ਤਿਆਰ ਕੀਤਾ। ਉਹ ਜੇ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ, ਉਹ ਤੋਂ ਬਾਅਦ ਅਸੀਂ ਪਤਾ ਕਰਾਵਾਂਗੇ ਰਿਕਾਰਡ ਤੋਂ ਇਹਨਾਂ ਤੋਂ ਵੀ ਇਹਨਾਂ ਦੇ ਕੀ ਪਹਿਲਾਂ ਵੀ ਵਰਖਿਲਾਫ਼ ਕੋਈ ਅਜਿਹੇ ਪਰਚੇ ਦਰਜ ਨੇ। ਇਹ ਤਿੰਨਾਂ ਨੇ ਪੁੱਛਗਿੱਛ 'ਤੇ ਦੱਸਿਆ ਵੀ ਅਸੀਂ ਤਿੰਨੇ ਹੀ ਭੁੱਕੀ ਚੂਰਾ ਪੋਸਟ ਦਾ ਨਸ਼ਾ ਕਰਨ ਦੇ ਆਦੀ। ਇਹਨਾਂ ਨੇ ਦੱਸਿਆ ਵੀ ਸਾਲ 6 ਮਹੀਨੇ ਤੋਂ ਕੰਮ ਕਰਦੇ ਨੇ ਅਤੇ ਸ਼੍ਰੀਨਗਰ ਤੋਂ ਮੰਗਵਾ ਕੇ ਇੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਨੇ। ਬਿਊਰੋ ਰਿਪੋਰਟ, ਦਾ ਟੀਵੀ, NRI।